ਤੁਸੀਂ ਹੱਸਦੇ ਕਿਹੜੀ ਗੱਲ ਤੋਂ? ਡਾਕਟਰ ਰਾਫੀਆ ਸਿੱਦੀਕੀ ਛੁਡਾ ਲਿਆਇਓ। ਡਾਕਟਰ ਰਾਫੀਆ ਸਿੱਦੀਕੀ ਦੀ ਮਾਂ ਨੇ ਮੈਨੂੰ ਖੁਦ ਕਿਹਾ ਕਿ ਰੋਜ਼ਾਨਾ ਜਦੋਂ ਅਮਰੀਕੀ ਜੇਲ੍ਹ ਦਾ ਦਰਵਾਜ਼ਾ ਖੋਲਦੇ ਨੇ ਤਾਂ ਉਹ ਕਹਿੰਦੇ ਨੇ ਰਾਤੀ ਮੁਹੰਮਦ ਬਿਨ ਕਾਸਿਮ ਨਹੀਂ ਸੀ ਆਇਆ, ਰਾਤੀ ਨੂਰਉਦੀਨ ਜੰਗੀ ਨਹੀਂ ਸੀ ਆਇਆ ਤੈਨੂੰ ਛੁਡਾਉਣ, ਰਾਤੀ ਜਨਾਬ ਸ਼ਹਾਬੂਦੀਨ ਗੌਰੀ ਨਹੀਂ ਸੀ ਆਇਆ, ਮਾਮੂਦ ਗਜ਼ਨਵੀ ਨਹੀਂ ਸੀ ਆਇਆ। ਰੋਜ਼ਾਨਾ ਮਜ਼ਾਕ ਕਰਦੇ ਨੇ, 16 ਸਾਲ ਹੋ ਗਏ ਨੇ ਕੁੜੀ ਅੰਦਰ ਬੈਠੀ ਤੇ ਉਹ ਕਹਿੰਦੇ ਨੇ ਹੁਣ ਮੁਹੰਮਦ ਬਿਨ ਕਾਸਿਮ ਜਲੀਏ ਕਿਸੇ ਨਹੀਂ ਆਉਣਾ, ਤੇ ਪਤਾ ਕੀ ਕਹਿੰਦੇ ਨੇ ਬਾਈ ਤੈਨੂੰ ਕਿਵੇਂ ਛੱਡਦੇ ਆ? ਉਹਨਾਂ ਕਿਹਾ ਅਸੀਂ ਕੁਰਾਨ ਰੱਖਦੇ ਹਾਂ ਥੱਲੇ ਤੇ ਕੁਰਾਨ ਉੱਤੇ ਚੱਲ ਕੇ ਆਪੂ ਕੁੰਡੀ ਖੋਲ ਕੇ ਦੇ ਤੂੰ ਚਲੀ ਜਾ। ਤੇ ਉਹ ਕੁੜੀ ਦੇ ਸਬਰ ਉੱਤੇ ਵੀ ਜਨਾਬ ਉਸਨੇ ਲੱਖਾਂ ਸਲਾਮ ਉਸ ਕੁੜੀ ਦੇ, ਇੱਥੇ ਤਾਂ ਲੋਕ 5000 ਦੀ ਖਾਤਰ ਇਮਾਨ ਰਾਤੀ ਵੇਚੇ ਖਿਦੇ ਹੋਏ। ਮੈਂ ਕਹਿੰਦਾ ਉਹ ਜੀ ਹਜ਼ਰਤ ਸਾਹਿਬ ਵੋਟ ਤਾਂ ਤੁਹਾਨੂੰ ਲੱਭਣੇ ਸਨ, ਅਸਲ ਰਾਤੀ 5000 ਰੁਪਈਆ ਤਕਸੀਮ ਹੋ ਗਿਆ, ਉਹ 5000 ਨਾ ਇਮਾਨ ਵੇਚੇ ਹੀ ਤੇਰੇ, ਤੂੰ ਤਾਂ ਉਸ ਕੁੜੀ ਦੀ ਗਰਦੇ ਰਾਹ ਨੂੰ ਵੀ ਨਾ ਪਹੁੰਚਦਾ ਜਿਹੜੀ 16 ਸਾਲ ਹੋ ਗਈ ਜੇਲ੍ਹ 'ਚ ਗਲ ਗਈ। ਲੇਕਿਨ ਉਹਨੇ ਕਿਹਾ ਨਾ, ਕਦੀ ਕੁਰਾਨ ਦੀ ਬੇਅਦਬੀ ਨਹੀਂ ਕਰ ਸਕਦੀ ਤੁਸਾਂ ਕਿ